ਚੈਨਲ ਇੰਡੀਆ ਕ੍ਰਾਈਮ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਕੋਰੋਨਾ ਵਾਇਰਸ ਨਾਂ ਦੀ ਲਾ ਇਲਾਜ ਬਿਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਪਾਰ ਹੈ ਅਤੇ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਹੁਣ ਵੇਖਣ ਵਿੱਚ ਆ ਰਿਹਾ ਹੈ ਕਿ ਲੋਕ ਹੌਲੀ ਹੌਲੀ ਇਸ ਬਿਮਾਰੀ ਪ੍ਰਤੀ ਕਾਫ਼ੀ ਜਾਗਰੂਕ ਹੋ ਚੁੱਕੇ ਹਨ। ਤਾਜ਼ਾ ਖ਼ਬਰ ਕਸਬਾ ਕਾਦੀਆਂ ਦੇ ਪਿੰਡ ਕੋਟ ਟੋਡਰਮੱਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਦੇ ਕੁਝ ਸੂਝਵਾਨ ਨੌਜਵਾਨਾਂ ਵੱਲੋਂ ਬਣਾਈ ਗਈ ਆ ਭਾਈ ਕਨੱਈਆ ਜੀ ਸੇਵਾ ਸੁਸਾਇਟੀ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪਿੰਡ ਅਤੇ ਇਸ ਦੇ ਆਲੇ ਦੁਆਲੇ ਆ ਕੁਝ ਪੋਸਟਰ ਲਗਾਏ ਗਏ, ਜਿਸ ਵਿੱਚ ਇਸ ਬਿਮਾਰੀ ਨੂੰ ਲੈ ਕੇ ਕੁਝ ਬੜੀਆਂ ਹਦਾਇਤਾਂ ਲੋਕਾਂ ਨੂੰ ਦਿੱਤੀਆਂ ਗਈਆਂ। ਉਹਨਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਲੋਕ ਘਰੋ ਘਰ ਹੀ ਰਹਿਣਗੇ ਅਤੇ ਸੁਰੱਖਿਅਤ ਰਹਿਣਗੇ, ਕਿਉਂਕਿ ਕੋਰੋਨਾ ਵਾਇਰਸ ਦਾ ਅਜੇ ਤੱਕ ਇੱਕੋ ਇੱਕ ਹੱਲ ਸਾਹਮਣੇ ਆਇਆ ਹੈ, ਉਹ ਹੈ ਸਮਾਜਿਕ ਦੂਰੀ। ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਸੁਰੱਖਿਅਤ ਰਹਿਣ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲੋਕ ਉਹਨਾਂ ਦੀਆਂ ਗੱਲਾਂ 'ਤੇ ਅਮਲ ਵੀ ਕਰਦੇ ਦਿਖਾਈ ਦੇ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਇਹਨਾਂ ਨੌਜਵਾਨਾਂ ਦੀ ਬਣਾਈ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਵੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਕਾਦੀਆਂ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਅਤੇ ਰਾਜਵੀਰ ਕੌਰ ਦੀ ਇਹ ਖਾਸ ਰਿਪੋਰਟ। ਮੈਂ ਮਨਦੀਪ ਸਿੰਘ ਭੰਗੂ, ਵਾਈਸ ਪ੍ਰੈਜ਼ੀਡੈਂਟ ਆਫ ਭਾਈ ਕਨੱਈਆ ਜੀ ਸੇਵਾ ਸੁਸਾਇਟੀ। ਅੱਜ ਅਸੀਂ ਆਪਣੀ ਸੁਸਾਇਟੀ ਵੱਲੋਂ ਜ਼ਰੂਰੀ ਸੂਚਨਾ ਦੇ ਲੋਗੋ ਹਰ ਗੇਟ ਦੇ ਅੱਗੇ ਲਾ ਰਹੇ ਹਾਂ, ਜੋ ਕਿ ਬਾਹਰ ਦੀ ਸੰਗਤ ਜੋ ਬਾਹਰ ਦੇ ਪਿੰਡਾਂ ਤੋਂ ਨਗਰਾਂ ਤੋਂ ਆਉਂਦੀ ਹੈ ਉਹ ਨਾ ਆਏ, ਅਤੇ ਪਿੰਡ ਦੇ ਚਾਰ ਸਵੇਰੇ ਵੀ ਪਿੰਡ ਦੇ ਨਾਗਰਿਕਾਂ ਵੱਲੋਂ ਪਹਿਰਾ ਲਾਇਆ ਆ ਰਿਹਾ ਹੈ ਕਿ ਕੋਈ ਵੀ ਸੱਜਣ ਸਾਡੇ ਪਿੰਡ ਦੇ ਵਿੱਚ ਨਾ ਆਵੇ। ਸੋ ਅਸੀਂ ਪੂਰੀ ਇਹ ਕੋਰੋਨਾ ਬਿਮਾਰੀ ਨੂੰ ਮੱਦੇਨਜ਼ਰ ਰੱਖਦੇ ਆਪਣੀ ਸੇਫਟੀ ਵਿੱਚ ਆਪਣੇ ਪਿੰਡ ਨੂੰ ਰੱਖਣ ਡੇ ਹਾਂ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਉਪਰਾਲੇ ਕਰਾਂਗੇ। ਕੀ ਉਪਰਾਲੇ ਕੀਤੇ ਜਾ ਚੁੱਕੇ ਅੱਜ ਤੱਕ? ਇਸ ਤੋਂ ਪਹਿਲਾਂ ਅਸੀਂ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਵੀ ਕੀਤੀ ਹੈ, ਅਤੇ ਜੋ ਵੀ ਨਾਲ ਦੀ ਨਾਲ ਸੇਵਾ ਉਹ ਮੰਗ ਰਹੇ ਨੇ ਸਾਡੀ ਸੁਸਾਇਟੀ ਤੋਂ, ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਜੁੜੇ ਹਾਂ ਅਤੇ ਚੈਨ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਮਾਸਟਰ ਦਲਜੀਤ ਸਿੰਘ, ਪ੍ਰਧਾਨ ਭਾਈ ਕਨੱਈਆ ਜੀ ਸੇਵਾ ਸੁਸਾਇਟੀ, ਪਿੰਡ ਕੋਟ ਟੋਡਰਮੱਲ, ਜ਼ਿਲ੍ਹਾ ਗੁਰਦਾਸਪੁਰ। ਸਾਡੀ ਸੁਸਾਇਟੀ ਲਗਭਗ 1.5 ਸਾਲ ਤੋਂ ਪਿੰਡ ਦੇ ਵਿੱਚ ਸਮਾਜ ਭਲਾਈ ਦੇ ਕੰਮ ਕਰ ਰਹੀ ਆ। ਅੱਜ ਵੀ ਜਿਸ ਤਰ੍ਹਾਂ ਸ਼ਮਸ਼ਾਨ ਘਾਟ ਦੇ ਵਿੱਚ ਕੁਰਸੀਆਂ ਲਗਾਈਆਂ ਗਈਆਂ ਸੰਗਤਾਂ ਦੇ ਬੈਠਣ ਵਾਸਤੇ, ਪਿੰਡ ਵਿੱਚ ਸਵਾਰੀਆਂ ਦੇ ਬੈਠਣ ਵਾਸਤੇ ਬੱਸ ਸਟਾਪ ਬਣਾਇਆ ਗਿਆ, ਅਤੇ ਕੋਰੋਨਾ ਮਹਾਂਮਾਰੀ ਜੋ ਕਿ ਸਾਰਾ ਸੰਸਾਰ ਇਸ ਸੰਕਟ ਨਾਲ ਜੂਝ ਰਿਹਾ ਵਾ, ਇਸ ਸਮੇਂ ਦੇ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਸੁਸਾਇਟੀ ਵੱਲੋਂ ਨਿਭਾਈ ਜਾ ਰਹੀ ਆ। ਅਤੇ ਅੱਜ ਅਸੀਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜੋ ਆਦੇਸ਼ ਸਰਕਾਰ ਵੱਲੋਂ ਪ੍ਰਾਪਤ ਹੁੰਦੇ ਆ ਸਮੇਂ ਸਮੇਂ 'ਤੇ ਘਰਾਂ ਵਿੱਚ ਰਹਿਣ ਸੰਬੰਧੀ, ਉਸ ਸੰਬੰਧੀ ਜਾਗਰੂਕ ਕਰਨ ਲਈ ਹਰ ਘਰ ਦੇ ਅੱਗੇ ਕਿ ਆਪਣੇ ਘਰ ਵਿੱਚ ਰਹੋ, ਸੁਰੱਖਿਅਤ ਰਹੋ ਦਾ ਨਾਰਾ ਜਿਹੜਾ ਵਾ ਲੋਕਾਂ ਨੂੰ ਦਿੱਤਾ ਜਾ ਰਿਹਾ, ਤਾਂ ਕਿ ਜਾਣਕਾਰੀ ਲੋਕਾਂ ਨੂੰ ਹੋ ਸਕੇ ਅਤੇ ਅਸੀਂ ਇਸ ਮਹਾਂਮਾਰੀ ਤੋਂ ਬਚ ਸਕੀਏ। ਹੋਰਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ? ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸੰਕਟ ਦੇ ਸਮੇਂ ਲੋਕਾਂ ਦੀ ਕੀਤੀ ਸੇਵਾ ਹੀ ਅਸਲੀ ਸੇਵਾ ਵਾ, ਜੋ ਕਿ ਹਰ ਨਾਗਰਿਕ ਦਾ ਫਰਜ਼ ਵਾ
ਕਿ ਔਖੇ ਸਮੇਂ ਦੇ ਵਿੱਚ ਇੱਕ ਦੂਜੇ ਦੀ ਬਾਂਹ ਫੜ ਕੇ ਉਹਦੀ ਮਦਦ ਕੀਤੀ ਜਾਵੇ, ਉਹਨੂੰ ਰਾਸ਼ਨ ਪਾਣੀ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ। ਇਹੋ ਹੀ ਜਿਹੜਾ ਵਾ ਸਾਡਾ ਸੰਦੇਸ਼ ਆ ਸੁਸਾਇਟੀ ਦਾ, ਨਗਰ ਨਿਵਾਸੀਆਂ ਵਾਸਤੇ ਅਤੇ ਪੰਜਾਬ ਦੇ ਲੋਕਾਂ ਵਾਸਤੇ। ਹਾਂਜੀ ਭਾਈ, ਜਿਹੜਾ ਪਿੰਡ ਕੋਟ ਟੋਡਰਮੱਲ ਵਿਖੇ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵੱਲੋਂ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਵਾ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ, ਕੀ ਕਹਿੰਦੇ ਤੁਸੀਂ ਇਹਦੇ ਬਾਰੇ? ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ, ਲੋਕਾਂ ਨੂੰ ਜਾਗਰੂਕ ਕੀਤਾ ਵਾ। ਮਤਲਬ ਜਿਹੜੀ ਆ ਕਰੋਨਾ ਮਹਾਂਮਾਰੀ ਚੱਲ ਰਹੀ ਆ, ਇਹਦੇ ਬਾਰੇ ਆਪਣੇ ਘਰਾਂ 'ਚ ਰਹੋ, ਅਤੇ ਇਸ ਤੋਂ ਪਹਿਲਾਂ ਵੀ ਬਹੁਤ ਵਧੀਆ ਉਪਰਾਲੇ ਕੀਤੇ ਇਹਨਾਂ ਨੇ। ਕੀ ਉਪਰਾਲੇ ਕਰ ਚੁੱਕੀ ਹੈ ਸੁਸਾਇਟੀ? ਇਸ ਤਰ੍ਹਾਂ ਵੀ ਸਾਰੇ ਪਿੰਡ ਦੀ ਸਫਾਈ, ਦਰਖਤ ਲਗਾਉਣੇ, ਹੋਰ ਵੀ ਕਾਫੀ ਕੰਮ ਕੀਤੇ। ਵੀਰ ਜੀ, ਭਾਈ ਘਨੱਈਆ ਜੀ ਸੇਵਾ ਸੁਸਾਇਟੀ ਜੋ ਸਾਡੇ ਪਿੰਡ ਵਿੱਚ ਤਿਆਰ ਕੀਤੀ ਗਈ ਹੈ, ਇਹਨਾਂ ਨੇ ਪਿੰਡ ਦੇ ਵਿੱਚ ਦਰਖਤ ਲਾਉਣ ਤੋਂ ਇਲਾਵਾ ਪਿੰਡ ਦੇ ਜਿਹੜੇ ਆਪਣੇ ਕਰੋਨਾ ਵਾਇਰਸ ਦੇ ਵਿੱਚ ਅਸੀਂ ਜੂਝ ਰਹੇ ਹਾਂ, ਇਹਨਾਂ ਸੰਬੰਧੀ ਇਹਨਾਂ ਨੇ ਕਾਫੀ ਯੋਗਦਾਨ ਪਾਇਆ ਵਾ, ਗਰੀਬ ਪਰਿਵਾਰਾਂ ਵਿੱਚ ਰਾਸ਼ਨ ਵੰਡਿਆ ਵਾ, ਇਸ ਤੋਂ ਇਲਾਵਾ ਥਾਂ ਥਾਂ 'ਤੇ ਕੁਰਸੀਆਂ ਲਾਈਆਂ ਗਈਆਂ ਵਾ, ਅਤੇ ਸ਼ੈੱਡ ਬਣਾਏ ਗਏ, ਬੱਸ ਸਟੈਂਡ ਬਣਾਏ ਗਏ, ਬਹੁਤ ਵਧੀਆ ਯੋਗਦਾਨ ਪਾਇਆ। ਅੱਜ ਕੀ ਇਹ ਕਰ ਰਹੇ ਨੇ ਕੰਮ? ਅੱਜ ਆਪਣੇ ਪਿੰਡ ਦੇ ਵਿੱਚ ਪੋਸਟਰ ਲਗਾ ਰਹੇ ਆ, ਜਿਹਨਾਂ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਿਪਟਣਾ ਵਾ। इंडिया क्राइम न्यूज़, जुल्म के